दोस्तों इस वेले मेरे नाल भारतीय किसान यूनियन एकता उगराह तो कुछ बीबिया ने जिहड़ियां उगराह जथेबंदी च काम करदियां ने। सत श्रीकाल जी। सत श्रीकाल जी। ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ? ਅਸੀਂ ਬਰਨਾਲਾ ਜ਼ਿਲ੍ਹੇ ਤੋਂ ਜੀ। ਬਰਨਾਲਾ ਜ਼ਿਲ੍ਹੇ ਤੋਂ ਆਏ ਹੋ ਤੇ ਅੱਜ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪ੍ਰਨੀਤ ਕੌਰ ਨੂੰ ਮੰਗ ਪੱਤਰ ਦੇਣਾ ਸੀ। ਹਾਂਜੀ ਹਾਂਜੀ। ਇਸੇ ਤੁਹਾਡਾ ਪ੍ਰੋਗਰਾਮ ਸੀ? ਹਾਂਜੀ। ਅਸੀਂ ਮਹਾਰਾਣੀ ਪ੍ਰਨੀਤ ਕੌਰ ਨੂੰ ਜਿਹੜੀਆਂ ਸਾਡੀਆਂ ਰਹਿੰਦੀਆਂ ਦਿੱਲੀ ਦੇ ਵਿੱਚ ਅਸੀਂ ਜਦੋਂ ਆਦੇ ਕਾਲੇ ਕਾਨੂੰਨ ਰੱਦ ਕਰਵਾ ਕੇ ਆਏ ਸੀ ਇਹ ਕਿਹਾ ਸੀ ਇਸੇ ਸਰਕਾਰ ਨੇ ਸਾਨੂੰ ਵੀ ਅਸੀਂ ਸਾਰੀਆਂ ਜਿਹੜੀਆਂ ਮੰਗਾਂ ਤੁਹਾਡੀਆਂ ਲਾਗੂ ਕਰਾਂਗੇ ਪਰ ਅੱਜ ਉਹ ਸਰਕਾਰ ਵਾਅਦਿਆਂ ਤੋਂ ਮੁੱਕਰ ਰਹੀ ਹੈਗੀ ਤੇ ਇੱਕ ਨਾਲ ਹੀ ਸਾਡੀਆਂ ਜਿਹੜੀਆਂ ਪਹਿਲਵਾਨ ਧੀਆਂ ਮੋਰਚੇ ਤੇ ਬੈਠੀਆਂ ਸੀ ਜੰਤਰ ਮੰਤਰ ਤੇ ਜਿਨ੍ਹਾਂ ਤੇ ਕੱਲ੍ਹ ਲਾਠੀ ਚਾਰਜ ਵੀ ਕੀਤਾ ਗਿਆ ਉਹਨਾਂ ਦੇ ਸਪੋਰਟ ਦੇ ਵਿੱਚ ਵੀ ਅਗਰਾਹ ਜਥੇਬੰਦੀ ਵੱਲੋਂ ਥਾਂ ਥਾਂ ਤੇ ਮੰਗ ਪੱਤਰ ਦਿੱਤੇ ਗਏ ਨੇ ਤੇ ਇੱਕ ਸਾਡੀ ਭੈਣ ਡਾਕਟਰ ਨਵਸਰਨ ਕੌਰ ਜੋ ਲੋਕਾਂ ਲਈ ਆਵਾਜ਼ ਉਠਾਉਂਦੀ ਆ ਲੋਕਾਂ ਦੇ ਹੱਕਾਂ ਲਈ ਬੋਲਦੀ ਆ ਤੇ ਜਦੋਂ ਕੋਈ ਬਿੱਧੀ ਜੀ ਬੋਲਦਾ ਆਪਦੀ ਆਵਾਜ਼ ਸੱਚ ਦੀ ਆਵਾਜ਼ ਬਾਹਰ ਲੈ ਕੇ ਆਉਂਦਾ ਤਾਂ ਉਸ ਦੀ ਆਵਾਜ਼ ਦਵਾਉਣ ਲਈ ਇੱਥੋਂ ਦੀਆਂ ਝੂਠੀਆਂ ਸਰਕਾਰਾਂ ਉਸ ਤੇ ਦਬਾਅ ਬਣਾਉਣਾ ਚਾਹੁੰਦੀਆਂ ਨੇ ਤਾਂ ਇਸ ਕਰਕੇ ਅਸੀਂ ਉਹਨਾਂ ਨੂੰ ਇਨਸਾਫ ਦਵਾਉਣ ਦੇ ਲਈ ਅੱਜ ਇੱਥੇ ਮਹਾਰਾਣੀ ਪ੍ਰਨੀਤ ਕੌਰ ਨੂੰ ਮੰਗ ਪੱਤਰ ਦੇਣ ਆਏ। ਜਿਹੜੇ ਉੱਥੇ ਕੁੜੀਆਂ ਬੈਠੀਆਂ ਸੀ ਦਿੱਲੀ ਉਹਨਾਂ ਦੇ ਨਾਲ ਸਰਕਾਰ ਨੇ ਬੜਾ ਜ਼ੁਲਮ ਕੀਤਾ। ਹਾਂਜੀ ਅਸੀਂ ਉਸ ਦੀ ਸਖਤ ਨਿੰਦਿਆ ਕਰਦੇ ਆਂਗੇ ਵੀ ਜੇ ਅਸੀਂ ਚਾਹੁੰਦੇ ਆ ਵੀ ਸਾਡੀਆਂ ਧੀਆਂ ਪੜ੍ਹ ਲਿਖ ਕੇ ਅੱਜ ਬਾਹਰ ਕੈਨੇਡਾ ਅਮਰੀਕਾ ਜਾਂਦੀਆਂ ਨੇ ਤਾਂ ਉਹ ਅਤਿਆਚਾਰ ਸਾਡੀਆਂ ਧੀਆਂ ਨਾਲ ਵੀ ਵਾਪਰ ਸਕਦੇ ਜਦੋਂ ਉਹ ਸਾਡੇ ਅੱਜ ਦੇਸ਼ ਦਾ ਨਾਂ ਰੋਸ਼ਨ ਕਰਕੇ ਆਈਆਂ ਸੀ ਤਾਂ ਉਹਨਾਂ ਨੇ ਅੰਤਰਰਾਸ਼ਟਰੀ ਵੀ ਖੇਡੀਆਂ ਨੇ ਤੇ ਸੋਨੇ ਦੇ ਮੈਡਲ ਤਗਮੇ ਵੀ ਜਿੱਤੇ ਆ ਸਾਡੇ ਦੇਸ਼ ਦਾ ਅੱਜ ਉਹਨਾਂ ਨੇ ਨਾਂ ਰੋਸ਼ਨ ਕੀਤਾ ਸੀ ਤਾਂ ਅੱਗੋਂ ਸਰਕਾਰ ਨੇ ਜਿਹੜਾ ਉੱਥੋਂ ਦਾ ਬ੍ਰਿਜ ਭੂਸਣਾ ਉਹਨਾਂ ਨਾਲ ਸ਼ੋਸ਼ਣ ਕਰਕੇ ਉਹਨਾਂ ਦੀ ਬਦਨਾਮੀ ਕਰਕੇ ਉਹਨਾਂ ਨੂੰ ਪੂਰਾ ਦੁਨੀਆਂ ਦੇ ਵਿੱਚ ਫੇਰ ਵੀ ਦਬਾਉਣਾ ਚਾਹੁੰਦਾ ਪਰ ਅਸੀਂ ਇਹ ਮੰਗ ਲੈ ਕੇ ਆਏ ਹਾਂ ਵੀ ਉਹ ਕੁੜੀਆਂ ਨੂੰ ਅਸੀਂ ਇਨਸਾਫ ਦਿਵਾ ਕੇ ਘਰਾਂ 'ਚ ਬੈਠਾਂਗੇ ਜਦੋਂ ਵੀ ਸਾਨੂੰ ਅਗਰਾਹ ਜਥੇਬੰਦੀ ਵੱਲੋਂ ਸੂਬਾ ਕਮੇਟੀ ਦੀ ਕਾਲ ਆਊ ਅਸੀਂ ਤੁਰੰਤ ਉੱਥੇ ਜਾਵਾਂਗੇ। ਤੇ ਜਿਸ ਤਰੀਕੇ ਦੇ ਨਾਲ ਬੀਜੇਪੀ ਸਰਕਾਰ ਦੇ ਖਿਲਾਫ ਉਗਰਾਹ ਜਥੇਬੰਦੀ ਪ੍ਰੋਟੈਸਟ ਕਰ ਰਹੀ ਹੈ ਬੀਤੇ ਕੱਲ੍ਹ ਚੰਡੀਗੜ੍ਹ ਦੇ ਵਿੱਚ ਵੀ ਪ੍ਰੋਗਰਾਮ ਸੀ ਤੁਹਾਡਾ? ਹਾਂਜੀ ਸਾਡਾ ਬਹੁਤ ਵੱਡਾ ਸਾਨੂੰ ਭੈਣਾਂ ਦਾ ਹੰਗਾਰਾ ਮਿਲਿਆ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਅਸੀਂ ਕਹਿੰਦੇ ਸੀ ਵੀ ਚੁੱਲ੍ਹਿਆਂ ਤੱਕ ਸੀਮਤ ਆ ਉਹ ਇਹ ਗੱਲਾਂ ਜਾਣ ਚੁੱਕੀਆਂ ਨੇ ਵੀ ਜਿਹੜੀ ਆ ਬੀਜੇਪੀ ਦੀ ਸਰਕਾਰ ਆ ਜਾਂ ਸਾਡੇ ਲਈ ਹੁਣ ਕੋਈ ਵੀ ਸਰਕਾਰ ਆ ਅਸੀਂ ਇਹ ਨਹੀਂ ਕਹਿੰਦੇ ਵੀ ਜਿਹੜੀ ਸਰਕਾਰ ਕਹਿੰਦੀ ਸੀ ਆਮ ਆਦਮੀ ਦੀ ਅਸੀਂ ਦੇਸ਼ ਦੇ ਵਿੱਚ ਧਰਨੇ ਨਹੀਂ ਲੱਗਣ ਦਿੰਦੇ ਅਸੀਂ ਕਿਤੇ ਵੀ ਸਾਰੇ ਸਾਡੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤੇ ਜਾਣਗੇ ਪਰ ਅੱਜ ਉਹਦੀ ਬਦੌਲਤ ਆ ਅੱਜ ਅਸੀਂ ਥਾਂ ਥਾਂ ਧਰਨੇ ਲਾਉਣ ਲਈ ਮਜਬੂਰ ਹੋਏ ਵੇ ਆਗੇ। ਤੇ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਕੁੜੀਆਂ ਦੇ ਉੱਤੇ ਜ਼ੁਲਮ ਹੋਇਆ ਬੀਜੇਪੀ ਸਰਕਾਰ ਦੇ ਉੱਤੇ ਆਹ ਇਲਜ਼ਾਮ ਲੱਗਦੇ ਨੇ ਕਿ ਕਾਰਪੋਰੇਟ ਘਰਾਣੇ ਚਲਾਉਂਦੇ ਨੇ ਬੀਜੇਪੀ ਸਰਕਾਰ ਨੂੰ ਉਗਰਾਹਾਂ ਜਥੇਬੰਦੀ ਦਾ ਵੀ ਇਹ ਇੱਕ ਏਜੰਡਾ ਕਿ ਕਾਰਪੋਰੇਟ ਘਰਾਣਿਆਂ ਦੇ ਕਰਕੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਉਹ ਏਜੰਡੇ ਨੇ ਕਾਰਪੋਰੇਟ ਏਜੰਡੇ ਨੇ ਜਿਹੜੇ ਆਮ ਲੋਕ ਨੇ ਆਮ ਲੋਕ ਤੋੜ ਪਾਉਣਗੇ ਉਸ ਨੂੰ? ਨਹੀਂ ਆਮ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਦੋਂ ਕਿਸੇ ਨੇ ਸੱਤਾ ਦੇ ਵਿੱਚ ਆਉਣਾ ਹੁੰਦਾ ਕਿਸੇ ਵੋਟ ਪਾਰਟੀ ਨੇ ਆਉਣਾ ਉਹਦੇ ਪਿੱਛੇ ਵੱਡੀਆਂ ਏਜੰਸੀਆਂ ਦੇ ਹੱਥ ਹੁੰਦੇ ਨੇ ਅਡਾਨੀਆਂ ਵਾਨੀਆਂ ਦੇ ਹੱਥ ਹੁੰਦੇ ਨੇ ਜਿੰਨਾ ਚਿਰ ਅਸੀਂ ਉਹ ਕਾਰਪੋਰੇਟਾਂ ਘਰਾਣਿਆਂ ਤੋਂ ਬਾਹਰ ਆ ਕੇ ਉਹ ਨਹੀਂ ਕਰ ਸਕਦੇ ਉਹਨਾਂ ਚਿਰ ਜਿਹੜਾ ਸਾਡੇ ਦੇਸ਼ ਦਾ ਭਵਿੱਖ ਆ ਉਹ ਨਹੀਂ ਉੱਠ ਸਕਦਾ ਕਿਉਂਕਿ ਨਾ ਉਹਨਾਂ ਚਿਰ ਇੱਥੇ ਜਿਹੜਾ ਅਸੀਂ ਇਨਕਲਾਬ ਚਾਹੁੰਦੇ ਸੀ ਸਾਡਾ ਭਗਤ ਸਿੰਘ ਇੱਥੇ ਸ਼ਹੀਦੀਆਂ ਪਾ ਗਿਆ ਇਨਕਲਾਬ ਲਈ ਪਰ ਹਜੇ ਉਹ ਸਾਨੂੰ ਇਨਕਲਾਬ ਨਹੀਂ ਮਿਲਿਆ ਜਿੰਨਾ ਚਿਰ ਅਸੀਂ ਕਾਰਪੋਰੇਟਾਂ ਦੇ ਅੰਦਰ ਆ ਸਾਡੇ ਦੇਸ਼ ਦਾ ਮਾਹੌਲ ਆ ਜਿਹੜਾ ਉਹ ਨਹੀਂ ਤੰਦਰੁਸਤ ਤੇ ਵਧੀਆ ਬਣ ਸਕਦਾ। ਬੀਬੀ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਣਜੀਤ ਕੌਰ ਜੀ। ਬੀਬੀ ਜੀ ਕੀ ਕਹਿਣਾ ਚਾਹੋਗੇ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੋ ਸਾਡੀਆਂ ਪਹਿਲਵਾਨ ਭੈਣਾਂ ਤੇ ਕੱਲ੍ਹ ਅਤਿਆਚਾਰ ਹੋਇਆ ਹੈ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਔਰ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਹੈ ਜੀ। ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਉੱਥੇ ਦਿੱਲੀ ਦੇ ਵਿੱਚ ਜ਼ੁਲਮ ਹੋਇਆ ਨੌਜਵਾਨ ਕੁੜੀਆਂ ਤੇ? ਬਹੁਤ ਹੀ ਘਟੀਆ ਸਰਕਾਰ ਨੇ ਬਹੁਤ ਹੀ ਘਟੀਆ ਕੰਮ ਕੀਤਾ ਇਹ। ਪਹਿਲੀ ਗੱਲ ਤਾਂ ਉਹ ਕੁੜੀਆਂ ਨੇ ਆਪਦੀ ਜਿਹੜੀ ਜ਼ਿੰਦਗੀ ਹੈਗੀ ਨਾ ਉਹ ਦਾਅ ਤੇ ਲਾ ਕੇ ਸੰਘਰਸ਼ ਕਰ ਰਹੀਆਂ ਸੀ। ਉੱਪਰ ਦੀ ਸਰਕਾਰਾਂ ਦੇ ਬਿਆਨ ਆਉਂਦੇ ਨੇ ਕਿ ਇਹ ਪਹਿਲਾਂ ਕਿਉਂ ਨਹੀਂ ਬੋਲੀਆਂ। ਇੱਕ ਆਮ ਘਰ ਦੇ ਵਿੱਚੋਂ ਉੱਠ ਕੇ ਐਡਾ ਵੱਡਾ ਸੰਘਰਸ਼ ਲੜਨਾ ਜਿਹੜਾ ਕਿ ਉਹਨਾਂ ਦੀ ਇੱਜ਼ਤ ਦੇ ਉੱਤੇ ਉਹ ਬਿਰਜ ਭੂਸ਼ਣ ਨੇ ਇੱਕ ਦਾਗ ਲਾ ਦਿੱਤਾ ਗਾ ਪਰ ਉਹ ਕੁੜੀਆਂ ਨੇ ਆਵਾਜ਼ ਫਿਰ ਵੀ ਬੁਲੰਦ ਕਰੀ ਹੈਗੀ ਸੰਘਰਸ਼ ਤੇ ਬੈਠੇ ਆ। ਜੇ ਉਹ ਪਹਿਲਾਂ ਨਹੀਂ ਸੀ ਬੈਠੀਆਂ ਕੀ ਫਿਰ ਉਹਨਾਂ ਨੂੰ ਇਨਸਾਫ ਨਹੀਂ ਦੇਣਾ ਹੈਗਾ? ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਉਹਨਾਂ ਤੇ ਲਾਠੀ ਚਾਰਜ ਹੁੰਦਾ ਉਹਨਾਂ ਨਾਲ ਧੂਕੜੀ ਸਾਹ ਕਰਕੇ ਉਹ ਕੁੜੀਆਂ ਨੂੰ ਉੱਥੇ ਚੱਕ ਕੇ ਲਿਆਉਂਦੇ ਆ ਉਹਨਾਂ ਦਾ ਟੈਂਟ ਚੱਕਿਆ ਜਾਂਦਾ ਜੋ ਲੋਕ ਉਹਨਾਂ ਦੀ ਹਮਾਇਤ ਤੇ ਜਾਂਦੇ ਨੇਗੇ ਉਹਨਾਂ ਨੂੰ ਪਹਿਲਾਂ ਰੋਕਿਆ ਗਿਆ। ਜੇ ਸਰਕਾਰ ਸੱਚੋ ਹੀ ਮੁੱਚੀ ਲੋਕਾਂ ਨੇ ਹਦਾਇਤੀ ਆ ਤਾਂ ਲੋਕਾਂ ਨੂੰ ਉੱਥੇ ਜਾਣ ਦਿੰਦੇ ਤਾਂ ਉਹਨਾਂ ਕੁੜੀਆਂ ਨੂੰ ਹੱਥ ਵੀ ਲਾ ਕੇ ਦਿਖਾਉਂਦੇ ਕਿਉਂਕਿ ਇੱਕ ਤਾਂ ਉਹਨਾਂ ਕੁੜੀਆਂ ਨਾਲ ਸ਼ੋਸ਼ਣ ਕੀਤਾ ਗਿਆ ਬਿਰਜ ਭੂਸ਼ਣ ਵੱਲੋਂ। ਉੱਪਰ ਦੀ ਉਹਨਾਂ ਕੁੜੀਆਂ ਨਾਲ ਜੋ ਕੱਲ੍ਹ ਹੋਇਆ ਕੀ ਕੋਈ ਸਮਾਜ ਦੇ ਵਿੱਚ ਹੋਰ ਔਰਤ ਉੱਠੂਗੀ?
ਅਜਿਹਾ ਕਰਨ ਦੇ ਲਈ ਵੀ ਹਾਂ ਕੁੜੀਆਂ ਨੂੰ ਖੇਡਾਂ ਦੇ ਵਿੱਚ ਜਾਣਾ ਚਾਹੀਦਾ ਜਾਂ ਕੁੜੀਆਂ ਨੂੰ, ਕਿਉਂਕਿ ਉਹ ਅਜਿਹੇ ਮੰਤਰੀ ਆ ਉਹਨਾਂ ਦੀ ਆਵਾਜ਼ ਨੂੰ ਦਬਾ ਕੇ ਉਹ ਚਾਹੁੰਦੇ ਨੇ ਕਿ ਔਰਤਾਂ ਇਕੱਠੀਆਂ ਨਾ ਹੋਣ, ਔਰਤਾਂ ਆਪਣੀ ਆਵਾਜ਼ ਨੂੰ ਆ ਜਿਹੜਾ ਉਹ ਨਾ ਉੱਚੀ ਕਰ ਸਕਣ। ਇਸੇ ਤਰ੍ਹਾਂ ਹੀ ਜੋ ਡਾਕਟਰ ਨਸਰਨ ਦੇ ਉੱਤੇ ਹੋ ਰਿਹਾ ਹੈਗਾ, ਉਸ ਨੂੰ ਜਾਣ ਬੁੱਝ ਕੇ ਉਸਨੂੰ ਹੈਰਾਨ ਕੀਤਾ ਜਾ ਰਿਹਾ ਕਿਉਂਕਿ ਉਹ ਔਰਤਾਂ ਦੇ ਪੱਖ ਦੀ ਗੱਲ ਕਰਦੀ ਆ। ਉਹ ਮਜ਼ਦੂਰ ਔਰਤਾਂ ਜੋ ਖੇਤਾਂ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਦੀ ਆਵਾਜ਼ ਉਠਾਉਂਦੀ ਆ, ਲੇਖ ਲਿਖਦੀ ਹੈਗੀ, ਕਵਿਤਾਵਾਂ ਲਿਖਦੀ ਆ, ਐਡੀਆਂ ਵੱਡੀਆਂ ਡਿਗਰੀਆਂ ਹਾਸਲ ਕਰਕੇ ਉਹਨੂੰ ਤੰਗ ਪਰੇਸ਼ਾਨ ਕਰਦੀ ਆ। ਜਿਹੜੀ ਇਹ ਸਰਕਾਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਵੇ। ਨਹੀਂ, ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕੱਲੀਆਂ ਔਰਤਾਂ ਨਹੀਂ, ਪੰਜਾਬ ਦੇ ਵਿੱਚੋਂ ਵੀ ਹਰ ਕਿਤੋਂ ਔਰਤਾਂ ਉੱਠਣਗੀਆਂ ਜਿਨ੍ਹਾਂ ਨੇ ਕਾਲੇ ਕਾਨੂੰਨ ਰੱਦ ਕਰਾਏ ਨੇਗੇ। ਬਿਲਕੁਲ। ਸੋ ਦੋਸਤੋ, ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਬੀਬੀਆਂ ਸੀ। ਇਹਨਾਂ ਦਾ ਕਹਿਣਾ ਕਿ ਜੇਕਰ ਕੇਂਦਰ ਸਰਕਾਰ ਦੇ ਏਜੰਡੇ ਆਹੀ ਰਹਿਣਗੇ, ਕੇਂਦਰ ਸਰਕਾਰ ਕਾਰਪੋਰੇਟ ਹਮਾਇਤੀਆਂ ਦੇ ਨਾਲ ਮਿਲ ਕੇ ਕਿਸਾਨ ਅਤੇ ਖੇਤ ਮਜ਼ਦੂਰਾਂ ਦੀ ਜਿਹੜੀ ਲੁੱਟ ਹੈ ਉਹਨੂੰ ਇੱਦਾਂ ਹੀ ਬਰਕਰਾਰ ਰੱਖੂਗੀ ਜਿਵੇਂ ਨੌਜਵਾਨ ਕੁੜੀ ਨੇ ਦੱਸਿਆ, ਤਾਂ ਫਿਰ ਕਿਸਾਨ ਬੀਬੀਆਂ ਹੀ ਨਹੀਂ, ਉਗਰਾਹਾਂ ਜਥੇਬੰਦੀਆਂ ਦੀ ਬੀਬੀਆਂ ਹੀ ਨਹੀਂ, ਪੂਰੇ ਦੇਸ਼ ਦੀਆਂ, ਪੂਰੇ ਪੰਜਾਬ ਦੀਆਂ ਬੀਬੀਆਂ ਇਕੱਠੀਆਂ ਹੋ ਕੇ ਕੇਂਦਰ ਦੇ ਖਿਲਾਫ ਲੜਾਈ ਲੜਨਗੀਆਂ। ਠੀਕ ਹੈ।